ਆਪਣੀ ਫੈਮਲੀ ਨੂੰ ਆਪਣੇ ਭੈਣ ਭਰਾਵਾਂ ਨੂੰ ਸਭ ਨੂੰ ਛੱਡ ਕੇ ਮੈਂ ਉਸ ਦੁਨੀਆ ਵਿੱਚ ਚਲੀ ਗਈ ਜਿਸ ਦੀ ਮੈਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿਸੇ ਟਿੱਕ ਪਿੰਡ ਤੋਂ ਦੂਸਰੇ ਪਿੰਡ ਤੱਕ ਦਾ ਸਫ਼ਰ ਨਹੀਂ ਕਰਿਆ ਜਦੋਂ ਉਹਨੂੰ ਘਰ ਘਰ ਜਾ ਕੇ ਮੰਗਣਾ ਪੈਂਦਾ ਹੈ ਉਹਨੂੰ ਕੀ ਫੀਲ ਹੁੰਦਾ ਹੈ ਮੈਂ ਉਹ ਲੋਕਾਂ ਦੇ ਵਿਹੜੇ ਚੱਲ ਗਈ ਜਿੱਥੇ ਸਿਰਫ ਘੰਗਰੂਆਂ ਦੀ ਆਵਾਜ਼ ਆਉਂਦੀ ਸੀ ਜਿੱਥੋਂ ਸਿਰਫ ਢੋਲਕਾਂ ਦੀ ਆਵਾਜ਼ ਆਉਂਦੀ ਸੀ ਨੱਚਣ ਗਾਣ ਦੀ ਆਵਾਜ਼ ਆਉਂਦੀ ਸੀ ਸ਼ਾਇਦ ਮੇਰੇ ਵਿੱਚ ਕੋਈ ਕਮੀ ਹੈ ਸ਼ਾਇਦ ਮੇਰੇ ਅੰਦਰ ਕੋਈ ਘਾਟ ਹੈ ਜਿਸ ਸਮਾਜ ਮੈਨੂੰ ਕਿਉਂ ਨਹੀਂ ਅਪਣਾ ਰਿਹਾ ਕੀ ਮੇਰਾ ਫਿਊਚਰ ਕੀ ਮੇਰੀ ਜ਼ਿੰਦਗੀ ਸਿਰਫ ਇਹ ਚੀਜ਼ਾਂ ਵਿੱਚ ਇੱਕ ਘੁੰਗਰੂਆਂ ਵਿੱਚ ਜਾਏ 11 ਸਾਲ ਦੇ ਬੱਚੇ ਨੂੰ ਜੁੱਦ ਘਰ ਛੱਡਣਾ ਪੈਂਦਾ ਘਰ ਛੱਡ ਕੇ ਆਊਟਡੋਰ ਮੰਗਣਾ ਪੈਂਦਾ ਕੀ ਉਸ ਬੱਚੇ ਤੇ ਬੀਤਦੀ ਆ ਜਿਹੜੇ ਬੱਚੇ ਨੇ ਕਦੇ ਦੁਕਾਨ ਤੱਕ ਦਾ ਸਫ਼ਰ ਨਹੀਂ ਕਰਿਆ ਕਿਸੇ ਇੱਕ ਪਿੰਡ ਤੋਂ ਦੂਸਰੇ ਪਿੰਡ ਤੱਕ ਦਾ ਸਫ਼ਰ ਨਹੀਂ ਕਰਿਆ ਜਦੋਂ ਉਹਨੂੰ ਘਰ ਘਰ ਜਾ ਕੇ ਮੰਗਣਾ ਪੈਂਦਾ ਹੈ ਉਹਨੂੰ ਕੀ ਫੀਲ ਹੁੰਦਾ ਹੈ ਉਹ ਸਭ ਤੁਹਾਡੇ ਨਾਲ ਮੈਂ ਸਾਂਝਾ ਕਰਾਂਗੀ ਸਾਂਝਾ ਕਰਾਂਗੀ ਉਹ ਕਾਮਯਾਬੀ ਨੂੰ ਜੋ ਮੈਨੂੰ ਤੁਹਾਡੀ ਬਦੌਲਤ ਤੁਹਾਡੇ ਸਭ ਦੇ ਪਿਆਰ ਦੀ ਬਦੌਲਤ ਮੈਨੂੰ ਅੱਜ ਮਿਲੀ ਹੈ ਸਸ਼ੀਕਾਲ ਜੀ ਦੋਸਤੋ ਮੈਂ ਫਿਰ ਤੋਂ ਤੁਹਾਨੂੰ ਜਾਣੂ ਕਰਵਾਉਣਾ ਚਾਹਣੀ ਆ ਮੈਂ ਤੁਹਾਡੀ ਆਪਣੀ ਮਹਾਂ ਤਨਵੀਰ ਕੋਰ ਰੰਦਾਵਾ ਗੱਦੀ ਨਸ਼ੀਨ ਰਾਜਪੁਰਾ ਟਾਊਨ ਤੋਂ ਇੱਕ 11 ਸਾਲ ਦਾ ਬੱਚਾ ਜੀਨੂੰ ਘਰ ਤੋਂ ਮਹਾਂਤ ਲੈ ਗਏ ਕਿਉਂ ਲੈ ਗਏ ਸਿਰਫ ਇੱਕ ਕੈਟਾਗਰੀ ਕਰਕੇ ਇੱਕ ਸੈਕਸ਼ੁਅਲਿਟੀ ਕਰਕੇ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰੇ ਤੇ ਸਮਾਇਆ ਇੱਕ 11 ਸਾਲ ਦਾ ਬੱਚਾ ਆਪਣੇ ਘਰ ਦੇ ਵਿਹੜੇ ਵਿੱਚ ਖੇਡ ਰਿਹਾ ਹੈ ਆਪਣੇ ਭੈਣ ਭਰਾਵਾਂ ਨਾਲ ਆਪਣੇ ਗੁੱਡੀਆਂ ਨਾਲ ਖੇਡ ਰਿਆ ਹੈ ਉਹ ਦੁਨੀਆ ਵਿੱਚ ਮੈਂ ਇੰਨੀ ਮਸ਼ਰੂਫ ਸੀ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਕੁਝ ਪਲਾਂ ਦੇ ਵਿੱਚ ਇਹ ਦੁਨੀਆ ਨੂੰ ਛੱਡ ਕੇ ਮੈਂ ਕਿਸੇ ਹੋਰ ਦੁਨੀਆ ਵਿੱਚ ਜਾਣਾ ਹੈ ਜਦੋਂ ਮੇਰੀ ਕਮਿਊਨਿਟੀ ਦੇ ਲੋਕ ਮੈਨੂੰ ਮੇਰੇ ਘਰ ਤੋਂ ਲੈ ਕੇ ਗਏ ਤਾਂ ਇਹ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡਾ ਇੱਕ ਡਰਾਵਣਾ ਪਲ ਸੀ ਮੇਰੇ ਲਈ ਆਪਣੀ ਫੈਮਿਲੀ ਨੂੰ ਆਪਣੇ ਭੈਣ ਭਰਾਵਾਂ ਨੂੰ ਸਭ ਨੂੰ ਛੱਡ ਕੇ ਮੈਂ ਉਸ ਦੁਨੀਆ ਵਿੱਚ ਚਲੀ ਗਈ ਜਿਸ ਦੀ ਮੈਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਹਰ ਸੁੱਖ ਸੁਵਿਧਾ ਛੱਡ ਕੇ ਉਹ ਚੀਜ਼ਾਂ ਛੱਡ ਕੇ ਜਿਹੜੀਆਂ ਕਦੇ ਮੈਂ ਸੋਚੀਆਂ ਨਹੀਂ ਸੀ ਆਪਣੇ ਮਾਂ ਦਾ ਬੇੜਾ ਆਪਣੇ ਪਿਓ ਦਾ ਬੇੜਾ ਛੱਡ ਕੇ ਮੈਂ ਉਹ ਲੋਕਾਂ ਦੇ ਬੇੜੇ ਚੱਲ ਗਈ ਜਿੱਥੇ ਸਿਰਫ ਘੰਗਰੂਆਂ ਦੀ ਆਵਾਜ਼ ਆਉਂਦੀ ਸੀ ਜਿੱਥੇ ਸਿਰਫ ਢੋਲਕਾਂ ਦੀ ਆਵਾਜ਼ ਆਉਂਦੀ ਸੀ ਨੱਚਣ ਗਾਣ ਦੀ ਆਵਾਜ਼ ਆਉਂਦੀ ਸੀ ਤਾੜੀਆਂ ਦੀ ਆਵਾਜ਼ ਆਉਂਦੀ ਸੀ ਤੇ ਜ਼ਿੰਦਗੀ ਮੈਨੂੰ ਉੱਥੋਂ ਖਿੱਚ ਕੇ ਉੱਥੇ ਲੈ ਗਈ ਤਾਂ ਇੱਕ ਟਾਈਮ ਤੇ ਲੱਗਿਆ ਕਿ ਮੇਰੀ ਦੁਨੀਆ ਖਤਮ ਹੋ ਗਈ ਹੈ ਮੇਰੀ ਜ਼ਿੰਦਗੀ ਖਤਮ ਹੋ ਗਈ ਹੈ ਲੱਗਦਾ ਸੀ ਇਹ ਦੁਨੀਆ ਇਹ ਸੰਸਾਰ ਮੇਰੇ ਲਈ ਬਣਿਆ ਹੀ ਨਹੀਂ ਆ ਸ਼ਾਇਦ ਮੇਰੇ ਵਿੱਚ ਕੋਈ ਕਮੀ ਹੈ ਸ਼ਾਇਦ ਮੇਰੇ ਅੰਦਰ ਕੋਈ ਘਾਟ ਹੈ ਜਿਸ ਸਮਾਜ ਮੈਨੂੰ ਕਿਉਂ ਨਹੀਂ ਅਪਣਾ ਰਿਹਾ ਜਦੋਂ ਮੈਂ ਘਰ ਛੱਡ ਕੇ ਗਈ ਆਊਟਡੋਰ 'ਮੈਂ ਮੰਗਣਾ ਸ਼ੁਰੂ ਕੀਤਾ ਹਰ ਬੰਦੇ ਨਾਲ ਵਿਚਰਨਾ ਸ਼ੁਰੂ ਕੀਤਾ ਸਭ ਤੋਂ ਵੱਡੀ ਮੈਨੂੰ ਦਿੱਕਤ ਆਈ ਮੇਰੀ ਜ਼ਿੰਦਗੀ ਦੇ ਵਿੱਚ ਪੜ੍ਹਾਈ ਵਿੱਚ ਰੁਕਾਵਟ ਮੈਨੂੰ ਮੇਰੀ ਕਮਿਊਨਿਟੀ ਦੇ ਲੋਕਾਂ ਵੱਲੋਂ ਹੀ ਰੋਕਿਆ ਗਿਆ ਮੈਨੂੰ ਮੇਰੇ ਆਪਣੇਆਂ ਨੇ ਮੇਰੀ ਕਮਿਊਨਿਟੀ ਦੇ ਲੋਕਾਂ ਨੇ ਸਾਨੂੰ ਮਰਦਾਂ ਤੋਂ ਇਸਤਰੀਆਂ ਤੋਂ ਵੱਖ ਕੀਤਾ ਜਾਂਦਾ ਹੈ ਸਾਨੂੰ ਹੀ ਜਿਹੜੇ ਕਿਹਾ ਜਾਂਦਾ ਮਹਾਂਤ ਕਿਹਾ ਜਾਂਦਾ ਖੁਸਰੇ ਕਿਹਾ ਜਾਂਦਾ ਟ੍ਰਾਂਸ ਜੈਂਡਰਸ ਕਿਹਾ ਜਾਂਦਾ ਕਿਨਰਸ ਕਿਹਾ ਜਾਂਦਾ ਅਲੱਗ-ਅਲੱਗ ਪਛਾਣਾਂ ਦੇ ਵਿੱਚ ਅਲੱਗ-ਅਲੱਗ ਨਾਮ ਦੇ ਨਾਲ ਪੁਕਾਰਿਆ ਜਾਂਦਾ ਸੰਬੋਧਿਤ ਕੀਤਾ ਜਾਂਦਾ ਹੈ ਅਲੱਗ-ਅਲੱਗ ਨਾਵਾਂ ਦੇ ਨਾਲ ਕਮਿਊਨਿਟੀ ਦੇ ਲੋਕ ਕੀ ਸਾਨੂੰ ਅਪਣਾਉਂਦੇ ਨੇ ਕਿ ਕਮਿਊਨਿਟੀ ਦੇ ਲੋਕ ਸਾਡਾ ਸਾਥ ਦਿੰਦੇ ਨੇ ਸਭ ਤੋਂ ਪਹਿਲੀ ਦਿੱਕਤ ਮੇਰੀ ਜ਼ਿੰਦਗੀ ਦੇ ਵਿੱਚ ਰਹੀ ਮੈਨੂੰ ਪੜ੍ਹਾਈ ਲਈ ਰੋਕਿਆ ਗਿਆ ਮੇਰੀ ਕਮਿਊਨਿਟੀ ਦੇ ਲੋਕਾਂ ਵੱਲੋਂ ਉਹਨਾਂ ਨੇ ਮੈਨੂੰ ਇਹ ਕਹਿ ਕੇ ਰੋਕਿਆ ਕਿ ਤਨਵੀਰ ਅਸੀਂ ਲੋਕ ਇਹ ਪੜ੍ਹਾਈ ਲਈ ਨਹੀਂ ਬਣੇ ਅਸੀਂ ਵਿਦਾਈ ਮੰਗਣ ਵਾਲੇ ਲੋਕ ਆ ਅਸੀਂ ਰੇਡ ਰੋਡ ਤੇ ਮੰਗਣ ਵਾਲੇ ਲੋਕ ਆ ਮੈਨੂੰ ਕਦੇ ਵੀ ਪੜ੍ਹਾਈ ਲਈ ਅਪਰੀਸ਼ੀਏਟ ਮੇਰੀ ਕਮਿਊਨਿਟੀ ਦੇ ਲੋਕਾਂ ਨੇ ਇਹ ਨਹੀਂ ਕੀਤਾ ਫਿਰ ਵੀ ਮੈਂ ਆਪਣੇ ਦਿਲ ਅੰਦਰ ਰੱਖਿਆ ਕਿ ਕੁਆਲੀਫਿਕੇਸ਼ਨ ਇਜ਼ ਦਾ ਟੂ ਇੰਪੋਰਟੈਂਟ ਫਾਰ ਐਵਰੀ ਪਰਸਨ ਮੈਂ ਆਪਣੀ ਪੜ੍ਹਾਈ ਜਾਰੀ ਕੀਤੀ ਸੋ ਦੋਸਤੋ ਮੈਂ ਪੜ੍ਹਾਈ ਆਪਣੀ ਜਾਰੀ ਰੱਖੀ ਪੜ੍ਹਾਈ ਦੌਰਾਨ ਬਹੁਤ ਮੈਨੂੰ ਦਿੱਕਤਾਂ ਆਈਆਂ ਫੀਸ ਦੀਆਂ ਦਿੱਕਤਾਂ ਪੜਨ ਦੀਆਂ ਦਿੱਕਤਾਂ ਪੜ੍ਹਾਈ ਕੰਟੀਨਿਊਸ ਕਰਨ ਦੀ ਦਿੱਕਤਾਂ ਮੈਨੂੰ ਸੋ ਮੈਂ ਫਿਰ ਵੀ ਆਪਣਾ ਪੜ੍ਹਦੀ ਗਈ ਕਰਦੀ ਗਈ ਕੰਮ ਕਰਦੀ ਗਈ ਪੜ੍ਹਦੀ ਗਈ ਮੈਨੂੰ ਪੜ੍ਹਾਈ ਲਈ ਵਕਤ ਨਹੀਂ ਸੀ ਮਿਲਦਾ ਬਿਕੋਜ਼ ਅਸੀਂ ਵਿਧਾਈਆਂ ਮੰਗਣੀਆਂ ਹੁੰਦੀਆਂ ਸੀ ਘਰ ਘਰ ਜਾ ਕੇ ਵਿਧਾਈ ਮੰਗਣਾ ਘਰ ਘਰ ਜਾ ਕੇ ਨੀਂਗ ਮੰਗਣਾ ਹਰ ਵਿਆਹ ਦੇ ਵਿੱਚ ਹਰ ਕਿਸੇ ਦੇ ਘਰ ਮੁੰਡਾ ਹੋਣਾ ਵਿਆਹ ਹੋਣਾ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਣਾ ਪਰ ਸਾਡੀਆਂ ਖੁਸ਼ੀਆਂ ਕਿੱਥੇ ਨੇ ਸਾਡੀ ਖੁਸ਼ੀਆਂ ਦੇ ਵਿੱਚ ਕੋਈ ਸ਼ਾਮਲ ਨਹੀਂ ਹੁੰਦਾ ਜਦ ਟਾਈਮ ਲੱਗਣਾ ਮੈਂ ਪੜ੍ਹਾਈ ਕਰਨੀ ਜਦੋਂ ਟਾਈਮ ਲੱਗਣਾ ਮੈਂ ਆਪਣੀ ਪੜ੍ਹਾਈ ਬਾਰੇ ਸੋਚਣਾ ਆਪਣੇ ਫਿਊਚਰ ਬਾਰੇ ਸੋਚਣਾ ਕਿ ਮੇਰਾ ਫਿਊਚਰ ਕੀ ਮੇਰੀ ਜ਼ਿੰਦਗੀ ਸਿਰਫ ਇਹ ਚੀਜ਼ਾਂ ਵਿੱਚ ਇੱਕ ਘੁੰਗਰੂਆਂ ਵਿੱਚ ਜਾਂ ਇਹ ਥਾਲੀ ਵਿੱਚ ਹੀ ਫਸ ਕੇ ਰਹਿ ਜਾਵੇਗੀ ਸੋ ਫਿਰ ਵੀ ਮੈਂ ਆਪਣੇ ਆਪ ਨੂੰ ਅਪਰੀਸ਼ੀਏਟ ਕਰਿਆ ਤੇ ਮੈਂ ਸਮਝਾਇਆ ਕਿ ਤਨਵੀਰ ਆਪਣੇ ਆਪ ਨਾਲ ਕਰ ਚੰਗਾ ਕਰਨਾ ਹੈ ਸਭ ਤੋਂ ਪਹਿਲਾਂ ਤੈਨੂੰ ਖੁਦ ਨੂੰ ਉੱਠਣਾ ਪਏਗਾ ਇਸ ਕਰਕੇ ਮੈਂ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੇ ਕੰਮ ਕਰਦੇ ਰਹੀ, ਵਧਾਈ ਮੰਗਦੀ ਰਹੀ, ਘਰ-ਘਰ ਜਾ ਕੇ ਖੁਸ਼ੀਆਂ ਮਨਾਉਣੀਆਂ, ਵਿਆਹਾਂ ਦੇ ਵਿੱਚ ਨੱਚਣਾ, ਕਿਸੇ ਦੇ ਘਰ ਬੱਚਾ ਹੋਣਾ, ਉੱਥੇ ਜਾ ਕੇ ਖੁਸ਼ੀ ਮਨਾਉਣੀ ਤੇ ਸਾਨੂੰ ਸਾਡੇ ਮਹੰਤੀ ਲੈਣੇ ਸਾਡੇ ਗੁਰੂਆਂ ਨੇ ਸਾਨੂੰ ਜੋ ਸਾਡੀ ਬਣਦੀ ਦਿਹਾੜੀ ਸਾਡੇ ਹੱਥੇ ਰੱਖ ਦੇਣੀ ਤੇ ਨਾਲ-ਨਾਲ ਅਸੀਂ ਕੰਮ ਕਰਦੇ ਰਹੇ, ਨਾਲ-ਨਾਲ ਅਸੀਂ ਪੜ੍ਹਦੇ ਗਏ। ਮੈਂ ਜ਼ਿੰਦਗੀ ਦੇ ਵਿੱਚ ਹਰ ਕਠਿਨਾਈ, ਹਰ ਦੁੱਖ ਦਾ ਸਾਹਮਣਾ ਕਰਿਆ ਪਰ ਕਦੇ ਮੈਂ ਗਿਰੀ ਨਹੀਂ। गिरਦੀ ਵੀ ਜਾਈ ਮੈਂ ਹਮੇਸ਼ਾ ਉਠਣ ਦੀ ਹਿੰਮਤ ਰੱਖਦੀ ਆ ਕਿ ਇੱਕ ਵਾਰ गिर ਗਏ ਤਾਂ ਸਾਨੂੰ ਚੱਕਣ ਵਾਲਾ ਕੋਈ ਨਹੀਂ ਹੈ ਬੀਇੰਗ ਅ ਟ੍ਰਾਂਸ ਜੈਂਡਰ ਬੀਇੰਗ ਕਾ ਮਹਾੰਤ ਮੈਂ ਬੜਾ ਪ੍ਰਾਊਡ ਫੀਲ ਕਰਦੀ ਆ ਕੋਈ ਸਾਡੀ ਚ ਕਮੀ ਨਹੀਂ ਹੈ ਯੂ ਆਰ ਅ ਫੀਮੇਲ ਯੂ ਆਰ ਅ ਮੇਲ ਐਂਡ ਆ ਮਾ ਟ੍ਰਾਂਸ ਵੂਮੈਨ ਇਟਸ ਆ ਮਾਈ ਓਨ ਸੈਕਸ਼ੁਅਲਿਟੀ ਇਹੀ ਮੇਰੀ ਕੋ ਸੈਕਸ਼ੁਅਲਿਟੀ ਆ ਮੇਰੇ ਕੋ ਕਾਨੂੰਨੀ ਬੱਡੀ ਮੇਰੇ ਕੋ ਸੀਗ ਨਹੀਂ ਹੈ ਮੇਰੇ ਕੋਈ ਪੁੰਛ ਨਹੀਂ ਹੈ ਮੈਂ ਵੀ ਇਨਸਾਨ ਵਰਗੇ ਇਨਸਾਨ ਆ ਤੁਹਾਡੇ ਵਰਗਾ ਖੂਨ ਮੇਰੇ ਅੰਦਰ ਆ ਤੁਹਾਡੇ ਵਰਗਾ ਦਿਲ ਮੇਰੇ ਅੰਦਰ ਆ ਤੁਹਾਡੇ ਵਾਂਗੂ ਸਾਹ ਮੈਂ ਲੈਨੀ ਆ ਕੀ ਹੈ ਸਾਡੇ ਵਿੱਚ ਇਹ ਸਾਡੇ ਲੋਕਾਂ ਨੇ ਆਪਣੇ ਆਪ ਨੂੰ ਵਕਤ ਸਮਝਿਆ ਹੋਇਆ ਹੈ ਜ਼ਿੰਦਗੀ ਦੇ ਵਿੱਚ ਅਸੀਂ ਜੋ ਕਠਿਨਾਈਆਂ ਦੇਖੀਆਂ ਅਸੀਂ ਜੋ ਵਕਤ ਦੇਖ ਕੇ ਸਾਡੇ ਲਈ ਕੋਈ ਵੀ ਖੁੱਲ ਕੇ ਅੱਗੇ ਨਹੀਂ ਆਇਆ ਪਰ ਮੈਂ ਚਾਹੁੰਨੀ ਆ ਕਿ ਮੈਂ ਉਹਨਾਂ ਲੋਕਾਂ ਲਈ ਖੁੱਲ ਕੇ ਅੱਗੇ ਜਾਵਾਂ ਜਿਨ੍ਹਾਂ ਨੂੰ ਲੋੜ ਹੈ ਜੋ ਚਾਹੁੰਦੇ ਨੇ ਕੁਝ ਬਣਨਾ ਜੋ ਚਮਕਣਾ ਚਾਹੁੰਦੇ ਨੇ ਹੋਰ ਸਿਤਾਰਿਆਂ ਵਾਂਗ ਇਹ ਦੁਨੀਆ ਦੇ ਲੱਖਾਂ ਸਿਤਾਰਿਆਂ ਵਿੱਚੋਂ ਮੈਂ ਜਿੱਦਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਹਮੇਸ਼ਾ ਆਪਣੇ ਜਜ਼ਬੇ ਨੂੰ ਕਾਇਮ ਅੰਦਰ ਰੱਖੋ ਆਪਣੇ ਅੰਦਰ ਆਪਣੀ ਹੋਂਦ ਨੂੰ ਮਾਰਨ ਨਾ ਦਿਓ ਆਪਣੇ ਅੰਦਰ ਪੋਜ਼ਿਟਿਵਿਟੀ ਨੂੰ ਜ਼ਿੰਦਾ ਰੱਖੋ ਹਮੇਸ਼ਾ ਅੱਜ ਮੈਂ ਲੋਕਾਂ ਲਈ ਇੱਕ ਮਿਸਾਲ ਬਣ ਕੇ ਸਾਹਮਣੇ ਆਉਣਾ ਚਾਹੁੰਨੀ ਆ ਮੈਂ ਹਰ ਉਹ ਬੱਚੇ ਲਈ ਜੋ ਪੜ ਨਹੀਂ ਸਕਦਾ ਜਿਨ੍ਹਾਂ ਨੂੰ ਪੜ੍ਹਾਈ ਦੇ ਵਿੱਚ ਪ੍ਰੋਬਲਮ ਆ ਪਾਵੇਂ ਉਹ ਕੋਈ ਮਹਾਂਤ ਹੈ ਮੇਰੇ ਲਈ ਬੱਚਾ ਹਮੇਸ਼ਾ ਬੱਚਾ ਹੀ ਆ ਮੇਰੇ ਲਈ ਉਹਦੀ ਕੋਈ ਕੈਟਾਗਰੀ ਨਹੀਂ ਆ ਕੋਈ ਮੇਲ ਨਹੀਂ ਆ ਕੋਈ ਫੀਮੇਲ ਨਹੀਂ ਆ ਕੋਈ ਮਹਾਂਤ ਨਹੀਂ ਆ ਕੋਈ ਟ੍ਰਾਂਸ ਜੈਂਡਰਸ ਨਹੀਂ ਆ ਕੋਈ ਲੈਸਬੀਅਨ ਨਹੀਂ ਆ ਕੋਈ ਬਾਈਸੈਕਸ਼ੁਅਲ ਨਹੀਂ ਆ ਕੋਈ ਵੀ ਅਸੀਂ ਲੋਕ 24 ਆਵਰਸ ਓਨਲੀ ਅਵੇਲੇਬਲ ਆ ਕੋਈ ਵੀ ਬੱਚਾ ਕਿਸੇ ਵੀ ਤਰ੍ਹਾਂ ਦੀ ਉਹਨੂੰ ਹੈਲਪ ਚਾਹੀਦੀ ਹੋਵੇ ਹਮੇਸ਼ਾ ਖੁੱਲੇ ਦਿਲ ਨਾਲ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲੋ